ਤੁਸੀਂ ਮੈਨੂੰ ਦੱਸਿਆ ਸੀ ਕਿ ਚਸ਼ਮੇ ਉਤਾਰਨ ਦਾ ਜਿਹੜਾ ਕਿ ਕੰਮ ਤੁਹਾਡੀ ਦਵਾਈ ਕਰਦੀ ਹੈ ਤੇ ਇਹ ਜਾਦੂ ਦੀ ਤਰ੍ਹਾਂ ਕਰਦੀ ਹੈ, ਇਹ ਕਿਵੇਂ ਪੋਸੀਬਲ? ਬਿਲਕੁਲ ਮੈਮ, ਇਹ ਤੁਸੀਂ ਦੇਖਦੇ ਕਿ ਆਯੁਰਵੈਦਿਕ ਮੈਡੀਸਨ ਹੈ। ਅੱਜ ਕੱਲ੍ਹ 101% ਲੋਕ ਜਿਹੜੇ ਆਯੁਰਵੈਦਿਕ ਔਰ ਹੋਮੋਪੈਥੀ ਤੇ ਹੀ ਬਿਲੀਵ ਕਰਦੇ ਨੇ, ਔਰ ਇਹ ਉਹੀ ਮੈਡੀਸਨ ਹੈ ਜਿਹਦੇ ਨਾਲ ਛੋਟੇ ਔਰ ਵੱਡੇ ਸਭ ਦੇ ਚਸ਼ਮੇ ਉੱਤਰ ਜਾਂਦੇ। ਵੱਡੇ ਵੱਡੇ ਡਾਕਟਰਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜੇ ਚਿੱਟਾ ਮੋਤੀਆ ਕਾਲਾ ਮੋਤੀਆ ਹੋ ਜਾਵੇ ਤੇ ਇਹਦਾ ਆਪਰੇਸ਼ਨ ਹੀ ਕਰਾਉਣਾ ਪਏਗਾ, ਤੁਸੀਂ ਆਪਰੇਸ਼ਨ ਕਰਾਏ ਬਿਨਾਂ ਇਹਨੂੰ ਠੀਕ ਨਹੀਂ ਕਰ ਸਕਦੇ। ਪਰ ਤੁਸੀਂ ਕਿੰਨੇ ਅਸਰ ਠੀਕ ਕਰ ਦਾਂਗੇ? ਬਿਲਕੁਲ 101% ਜਿਹੜੇ ਕਿ ਪੇਸ਼ੈਂਟ ਚਿੱਟਾ ਮੋਤੀਆ ਔਰ ਕਾਲਾ ਮੋਤੀਆ ਦਾ ਸ਼ਿਕਾਰ ਨੇ, ਉਹ ਬਿਲਕੁਲ ਸਾਡੇ ਡ੍ਰੌਪਸ ਨੇ, ਮੈਡੀਸਨ ਹੈ, ਮੈਡੀਸਨ ਦੇ ਨਾਲ ਹੀ ਬਿਲਕੁਲ ਠੀਕ ਹੋ ਜਾਂਦੇ ਨੇ। ਥੋੜ੍ਹਾ ਜਿਹਾ ਲੰਬਾ ਇਲਾਜ ਜ਼ਰੂਰ ਹੈ, 5-6 ਮਹੀਨੇ ਦਾ ਇਲਾਜ ਹੈ ਜਿਹਦੇ ਨਾਲ ਕਿ ਉਹ ਬਿਲਕੁਲ ਠੀਕ ਹੋ ਜਾਂਦੇ ਨੇ। ਇਹਨਾਂ ਦੇ ਲੱਖਾਂ ਰੁਪਏ ਬਚ ਸਕਦੇ ਨੇ। 101% ਅੱਛਾ, ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਕਿਸੇ ਵੀ ਉਮਰ ਤੱਕ ਇਹ ਦਵਾਈ ਦਾ ਯੂਜ਼ ਕਰ ਸਕਦੇ ਨੇ, ਇਹ ਮਲਟੀਵਿਟਾਮਿਨ ਤੇ ਬੂਸਟਰ ਖਾ ਸਕਦੇ ਨੇ? ਹਾਂਜੀ ਹਾਂਜੀ, ਤੁਸੀਂ ਲਗਾ ਲਓ ਇੱਕ 8 ਸਾਲ ਦਾ ਬੱਚਾ ਵੀ ਮੇਰਾ ਪੇਸ਼ੈਂਟ ਹੈ ਤੇ 80 ਸਾਲ ਦਾ ਬੰਦਾ ਵੀ ਪੇਸ਼ੈਂਟ ਹੈ। ਤੁਸੀਂ ਠੀਕ ਵੀ ਕਰ ਚੁੱਕੇ ਹੋ? ਉਹ ਬਿਲਕੁਲ ਠੀਕ ਵੀ ਕਰ ਚੁੱਕਿਆ ਨਾ। ਜਿਸਦੀ ਨਿਗਾਹ ਘੱਟ ਹੈ, ਮੋਟੇ ਮੋਟੇ ਚਸ਼ਮੇ ਲੱਗੇ ਹੋਏ ਨੇ ਬੱਚਿਆਂ ਦੇ, ਵੱਡਿਆਂ ਦੇ ਚਸ਼ਮੇ ਉੱਤਰ ਜਾਣਗੇ। ਕੈਟਰਿਕ ਗਲੂਕੋਮਾ ਔਰ ਰਤੌਂਦੀ ਦਾ ਬਿਲਕੁਲ 101% ਇਲਾਜ ਹੈ, ਔਰ ਜਿਹੜੇ ਸ਼ੂਗਰ ਪੀੜਿਤ ਪੇਸ਼ੈਂਟਸ ਨੇ ਉਹਨਾਂ ਦੇ ਲਈ ਵੀ ਸਾਡੇ ਕੋਲ ਮੈਡੀਸਨ ਹੈ, ਉਹ ਵੀ ਆ ਸਕਦੇ ਨੇ ਤੇ ਉਹਨਾਂ ਸ਼ੂਗਰ ਦਾ ਵੀ ਬਿਲਕੁਲ ਅਸਰਦਾਰ ਇਲਾਜ ਕੀਤਾ ਜਾਂਦਾ। ਬੱਚੇ ਮੋਬਾਈਲ ਚਲਾ ਰਹੇ ਨੇ, ਅੱਖਾਂ ਤੇ ਅਸਰ ਪੈ ਰਿਹਾ, ਅੱਖਾਂ ਖਰਾਬ ਹੋ ਰਹੀਆਂ ਨੇ। ਤੁਸੀਂ ਬਜ਼ੁਰਗ ਹੋ ਗਏ ਹੋ, ਚਿੱਟੇ ਮੋਤੀ ਕਾਲੇ ਮੋਤੀ ਦੀ ਸ਼ਿਕਾਇਤ ਆ ਗਈ ਹੈ, ਆਪਰੇਸ਼ਨ ਦੇ ਲਈ ਡਾਕਟਰ ਨੇ ਦੱਸ ਦਿੱਤਾ ਹੈ, ਪਰ ਮੈਂ ਅਜਿਹੀ ਜਗ੍ਹਾ ਤੇ ਤੁਹਾਨੂੰ ਲੈ ਕੇ ਜਾ ਰਹੀ ਹਾਂ ਜਿੱਥੇ ਬਿਨਾਂ ਆਪਰੇਸ਼ਨ ਦੇ ਤੁਹਾਡੀਆਂ ਅੱਖਾਂ ਦਾ ਇਲਾਜ ਕੀਤਾ ਜਾਏਗਾ। ਮੋਟੀਆਂ ਮੋਟੀਆਂ ਐਨਕਾਂ ਲੱਗੀਆਂ ਹੋਈਆਂ ਨੇ ਤਾਂ ਐਨਕਾਂ ਉਤਾਰਨ ਦਾ ਦਾਵਾ ਵੀ ਕਰਦੇ ਨੇ। ਜਿਵੇਂ ਪਹੁੰਚੀਏ ਜੀ ਗੁਰੂ ਜੀ ਕਲੀਨਿਕ ਛੋਟੀ ਹੱਬੋਵਾਲ ਗੋਪਾਲ ਨਗਰ, ਜਿੱਥੇ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਚਿੱਟੇ ਮੋਤੀ ਕਾਲੇ ਮੋਤੀ ਦਾ ਇਲਾਜ ਕੀਤਾ ਜਾਂਦਾ ਹੈ, ਉਸ ਤੋਂ ਇਲਾਵਾ ਗੰਭੀਰ ਜਿਹੜੀਆਂ ਅੱਖਾਂ ਦੀਆਂ ਬਿਮਾਰੀਆਂ ਉਸ ਦਾ ਇਲਾਜ ਵੀ ਕੀਤਾ ਜਾਂਦਾ। ਤਸਵੀਰਾਂ ਇੱਕ ਵਾਰੀ ਵੇਖ ਸਕਦੇ ਹੋ ਕਿ ਹੱਬੋਵਾਲ ਗੋਪਾਲ ਨਗਰ ਇਹਨਾਂ ਦੇ ਕੋਲ ਇਹ ਦਵਾਈ ਹੈ ਜਿਹੜੀ ਕਿ ਅੱਖਾਂ ਦੇ ਵਿੱਚ ਪਾਉਂਦੇ ਨੇ ਤੇ ਕਹਿੰਦੇ ਨੇ ਕਿ ਅੱਖਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ। ਕਿਹੜੀ ਦਵਾਈ ਹੈ, ਕਿਵੇਂ ਇਲਾਜ ਕਰਦੇ ਨੇ ਦੇਖਦੇ ਹਾਂ। ਇਹ ਛੋਟੀਆਂ ਛੋਟੀਆਂ ਸ਼ੀਸ਼ੀਆਂ ਜਿਹੜੀਆਂ ਮੇਰੇ ਹੱਥ 'ਚ ਦੇਖ ਰਹੇ ਹੋ, ਇਹਨਾਂ ਦੇ ਵਿੱਚ ਉਹ ਤਾਕਤ ਹੈ ਜਿਹੜੀਆਂ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਬਿਮਾਰੀਆਂ ਲੱਗ ਰਹੀਆਂ ਨੇ, ਅੱਖਾਂ ਨੂੰ ਦਿੱਕਤ ਆ ਰਹੀ ਹੈ, ਪਰੇਸ਼ਾਨੀ ਹੋ ਰਹੀ ਹੈ, ਮੋਬਾਈਲ ਲੈਪਟਾਪ ਚਲਾਉਣੋਂ ਬੱਚੇ ਨਹੀਂ ਹਟਦੇ, ਮੋਟੇ ਮੋਟੇ ਚਸ਼ਮੇ ਲੱਗ ਜਾਂਦੇ ਨੇ, ਤੇ ਕਹਿੰਦੇ ਨੇ ਇਹ ਦਵਾਈ ਪਾਉਣ ਦੇ ਨਾਲ ਉਹ ਚਸ਼ਮੇ ਉਤਰ ਜਾਣਗੇ। ਇਹ ਦਾਵਾ ਵੈਦ ਈਸ਼ਾ ਜੀ ਵੱਲੋਂ ਕੀਤਾ ਜਾਂਦਾ ਹੈ। ਈਸ਼ਾ ਸ਼ਰਮਾ ਜੀ ਮੇਰੇ ਨਾਲ ਨੇ ਗੁਰੂ ਜੀ ਕਲੀਨਿਕ ਤੋਂ ਗੋਪਾਲ ਨਗਰ ਛੋਟੀ ਹੱਬੋਵਾਲ। ਬਾਰ ਬਾਰ ਐਡਰੈਸ ਲੋਕ ਪੁੱਛਦੇ ਨੇ, ਇੱਕ ਵਾਰੀ ਫਿਰ ਤੋਂ ਦੱਸ ਦਿੰਦੀ ਹਾਂ, ਲੁਧਿਆਣਾ ਗੁਰੂ ਜੀ ਕਲੀਨਿਕ ਪਹੁੰਚੀਆਂ ਵੈਦ ਈਸ਼ਾ ਜੀ ਮੇਰੇ ਨਾਲ ਨੇ। ਈਸ਼ਾ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਹੈ, ਚਸ਼ਮੇ ਉਤਰ ਜਾਂਦੇ ਨੇ? ਹਾਂਜੀ ਬਿਲਕੁਲ, 101%। ਤੁਸੀਂ ਮੈਨੂੰ ਦੱਸਿਆ ਸੀ ਕਿ ਚਸ਼ਮੇ ਉਤਾਰਨ ਦਾ ਜਿਹੜਾ ਕਿ ਕੰਮ ਤੁਹਾਡੀ ਦਵਾਈ ਕਰਦੀ ਹੈ ਤੇ ਇਹ ਜਾਦੂ ਦੀ ਤਰ੍ਹਾਂ ਕਰਦੀ ਹੈ, ਇਹ ਕਿਵੇਂ ਪੋਸੀਬਲ ਹੈ? ਬਿਲਕੁਲ ਮੈਮ, ਇਹ ਤੁਸੀਂ ਦੇਖਦੇ ਹੋ ਕਿ ਆਯੁਰਵੈਦਿਕ ਮੈਡੀਸਨ ਹੈ। ਅੱਜ ਕੱਲ੍ਹ 101% ਲੋਕ ਜਿਹੜੇ ਨੇ ਆਯੁਰਵੈਦਿਕ ਔਰ ਹੋਮੋਪੈਥਿਕ ਤੇ ਹੀ ਬਿਲੀਵ ਕਰਦੇ ਨੇ, ਔਰ ਇਹ ਉਹੀ ਮੈਡੀਸਨ ਹੈ ਜਿਹਦੇ ਨਾਲ ਛੋਟੇ ਔਰ ਵੱਡੇ ਸਭ ਦੇ ਚਸ਼ਮੇ ਉੱਤਰ ਜਾਂਦੇ ਨੇ। ਜੀ, ਇਸ ਤੋਂ ਇਲਾਵਾ ਸ਼ੂਗਰ ਦੇ ਮਰੀਜ਼ਾਂ ਨੂੰ ਜਿਹੜੇ ਕਿ ਅੱਜ ਕੱਲ੍ਹ ਪ੍ਰੋਬਲਮ ਆ ਰਹੀ ਹੈ ਅੱਖਾਂ ਦੇ ਵਿੱਚ, ਦਿਨੇ ਦਿਖਦਾ ਰਾਤ ਨੂੰ ਦਿਖਣਾ ਬੰਦ ਹੋ ਜਾਂਦਾ, ਉਹ ਬਿਮਾਰੀ ਦਾ ਹੱਲ ਵੀ ਤੁਹਾਡੇ ਕੋਲ ਹੈ? ਹਾਂਜੀ, ਜਿਹਨੂੰ ਇਹ ਬਿਮਾਰੀ ਦਾ ਨਾਮ ਹੈਗਾ ਰਤੌਂਦੀ, ਜਿਹਨੂੰ ਕਿ ਨਾਈਟ ਬਲਾਈਂਡਨੈਸ ਕਿਹਾ ਜਾਂਦਾ ਹੈ। ਇਹ 30+ ਵਾਲੇ ਜਿਹੜੇ ਪੇਸ਼ੈਂਟਸ ਨੇ ਇਹਦੇ ਸ਼ਿਕਾਰ ਹੋ ਜਾਂਦੇ ਨੇ। ਇਹਦੇ ਨਾਲ ਕੀ ਹੈ, ਸਾਡੇ ਕੋਲ ਮੈਡੀਸਨ ਹੈ ਜਿਹਦੇ ਨਾਲ ਕਿ ਡ੍ਰੌਪਸ ਪਾਏ ਜਾਂਦੇ ਨੇ, ਨਾਲ ਤੁਹਾਨੂੰ ਅਸੀਂ ਨਾਲ ਕੈਪਸੂਲਸ ਦਿੰਦੇ ਹਾਂ ਵਿਟਾਮਿਨਸ ਦੇ, ਜਿਹਦੇ ਨਾਲ ਇਹ ਬਿਲਕੁਲ ਠੀਕ ਹੋ ਜਾਂਦੇ। ਅੱਛਾ ਈਸ਼ਾ ਮੈਮ, ਬੜੇ ਵੱਡੇ ਵੱਡੇ ਡਾਕਟਰਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜੇ ਚਿੱਟਾ ਮੋਤੀਆ ਕਾਲਾ ਮੋਤੀਆ ਹੋ ਜਾਵੇ ਤੇ ਇਹਦਾ ਆਪਰੇਸ਼ਨ ਹੀ ਕਰਾਉਣਾ ਪਏਗਾ, ਤੁਸੀਂ ਆਪਰੇਸ਼ਨ ਕਰਾਏ ਬਿਨਾਂ ਇਹਨੂੰ ਠੀਕ ਨਹੀਂ ਕਰ ਸਕਦੇ। ਪਰ ਤੁਸੀਂ ਕਿੰਨੇ ਅਸਰ ਤਾਂ ਠੀਕ ਕਰ ਦਾਂਗੇ? ਬਿਲਕੁਲ 101% ਮੈਮ, ਬਹੁਤ ਸਾਰੇ ਦੁਬਾਰਾ ਬਿਲਕੁਲ 101%।
101% ਜਿਹੜੇ ਕਿ ਪੇਸ਼ੈਂਟ ਚਿੱਟਾ ਮੋਤੀ ਔਰ ਕਾਲਾ ਮੋਤੀ ਦਾ ਸ਼ਿਕਾਰ ਨੇ, ਉਹ ਬਿਲਕੁਲ ਸਾਡੇ ਡਰੋਪਸ ਨੇ, ਮੈਡੀਸਨ ਹੈ, ਮੈਡੀਸਨ ਦੇ ਨਾਲ ਹੀ ਬਿਲਕੁਲ ਠੀਕ ਹੋ ਜਾਂਦੇ ਨੇ। ਥੋੜਾ ਜਿਹਾ ਲੰਬਾ ਇਲਾਜ ਜ਼ਰੂਰ ਹੈ, 5 ਤੋਂ 6 ਮਹੀਨੇ ਦਾ ਇਲਾਜ ਹੈ ਜਿਹਦੇ ਨਾਲ ਕਿ ਉਹ ਬਿਲਕੁਲ ਠੀਕ ਹੋ ਜਾਂਦੇ ਨੇ। ਇਹਨਾਂ ਦੇ ਲੱਖਾਂ ਰੁਪਏ ਬਚ ਸਕਦੇ ਨੇ। 101% ਬਚਾਓਗੇ ਤੁਸੀਂ? ਬਿਲਕੁਲ ਗੁਰੂ ਜੀ, ਕਲੀਨਿਕ ਤੁਹਾਨੂੰ ਆਉਣਾ ਪਏਗਾ। ਹੁਣ ਤੱਕ ਕਿੰਨੇ ਲੋਕਾਂ ਨੂੰ ਠੀਕ ਕੀਤਾ? ਮੈਨੂੰ ਦੱਸੋ। ਹਜ਼ਾਰਾਂ ਪੇਸ਼ੈਂਟਸ ਨੇ ਮੈਮ, ਨੰਬਰ ਆਫ ਪੇਸ਼ੈਂਟਸ ਤੁਸੀਂ ਦੇਖੋਗੇ ਆਲ ਓਵਰ ਇੰਡੀਆ, ਪੰਜਾਬ ਦੇ ਹਰ ਅਸੀਂ ਰੀਜਨ ਦੀ ਗੱਲ ਕਰੀਏ, ਇੰਡੀਆ ਦੇ ਹਰ ਰੀਜਨ ਦੀ ਗੱਲ ਕਰੀਏ, ਨੰਬਰ ਆਫ ਪੇਸ਼ੈਂਟਸ ਨੇ ਜਿਹੜੇ ਇਸ ਤੋਂ ਬਿਲਕੁਲ ਠੀਕ ਹੋ ਗਏ ਨੇ, ਔਰ ਬਹੁਤ ਧੰਨਵਾਦ ਕਰਦੇ ਨੇ, ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਮੈਮ ਕਿੱਥੋਂ ਪੇਸ਼ੈਂਟ ਆਉਂਦੇ ਨੇ ਤੁਹਾਡੇ ਕੋਲ? ਮੈਮ ਪੰਜਾਬ ਦੇ ਹਰ ਸਟੇਟ ਤੋਂ ਪੇਸ਼ੈਂਟ ਆਉਂਦੇ ਹੈ, ਆਲ ਓਵਰ ਇੰਡੀਆ ਤੋਂ ਪੇਸ਼ੈਂਟ ਆ ਰਹੇ ਨੇ। ਅਸੀਂ ਉੱਤਰਾਖੰਡ ਦੀ ਗੱਲ ਕਰੀਏ, ਯੂਪੀ ਦੀ ਗੱਲ ਕਰੀਏ, ਰਾਜਸਥਾਨ ਦੀ ਗੱਲ ਕਰੀਏ, ਪੰਜਾਬ ਦੇ ਹਰ ਸਟੇਟ ਤੋਂ, ਈਵਨ ਕਿ ਬਾਹਰ ਐਬਰੋਡ ਵੀ ਸਾਡੀ ਮੈਡੀਸਨ ਜਿਹੜੀ ਜਾ ਰਹੀ ਹੈ, ਜਿੰਨੇ ਪੇ ਤੁਸੀਂ ਲਗਾ ਲਓ ਯੂਕੇ, ਕੈਨੇਡਾ, ਆਸਟ੍ਰੇਲੀਆ, ਬਾਹਰ ਫੋਰਨ ਦੇ ਵਿੱਚ ਵੀ ਹਰ ਜਗ੍ਹਾ ਸਾਡੀ ਮੈਡੀਸਨ। ਜੀ, ਇਹ ਨਿੱਕੀਆਂ ਜਿਹੀਆਂ ਸ਼ੀਸ਼ੀਆਂ ਨੇ ਅੱਖਾਂ 'ਚ ਪਾਉਣ ਵਾਲੀਆਂ, ਅਤੇ ਕਹਿੰਦੇ ਨੇ ਇਹਨਾਂ ਦੇ ਨਾਲ ਤੁਹਾਡੀਆਂ ਅੱਖਾਂ ਦਾ ਇਲਾਜ ਕੀਤਾ ਪਏਗਾ ਪੱਕਾ, 5-6 ਮਹੀਨਿਆਂ 'ਚ ਇਹ ਸ਼ੀਸ਼ਾ ਬਾਕਮਾਲ ਕੰਮ ਕਰਨਗੇ। ਹਾਂਜੀ ਮੈਮ, ਸਿਰਫ ਇਹ ਡਰੋਪਸ ਹੀ ਨਹੀਂ, ਜਿਹੜੇ ਸਾਡੇ ਡਰੋਪਸ ਨੇ, ਡਰੋਪਸ ਦੇ ਨਾਲ ਅਸੀਂ ਮਲਟੀਵਿਟਾਮਿਨ ਕੈਪਸੂਲਸ ਦੇ ਰਹੇ ਹਾਂ, ਔਰ ਅਸੀਂ ਨਾਲ ਹੀ ਆਪਣਾ ਬੂਸਟਰ ਲਾਂਚ ਕੀਤਾ ਹੈ ਜਿਹੜਾ ਕਿ ਕੈਟਰੇਕ ਨੂੰ ਔਰ ਕਾਲੇ ਮੋਤੀ ਨੂੰ, ਜਿਹੜਾ ਕਿ ਅਸੀਂ ਕਾਲਾ ਮੋਤੀ ਆ ਗੁਲਕੋਮਾ ਜਿਹਨੂੰ ਕਹਿੰਦੇ ਹਾਂ, ਗੁਲਕੋਮਾ ਅਤੇ ਕੈਟਰਿਕ, ਉਹਨੂੰ ਰਿਵਰਸ ਕਰਨ ਦੇ ਵਿੱਚ ਸਾਡਾ ਇਹ ਬੂਸਟਰ ਬਹੁਤ ਹੈਲਪਫੁਲ ਹੈ, ਜਿਹਦੇ ਨਾਲ ਕਿ ਬਹੁਤ ਜਲਦੀ ਰਿਵਰਸ ਹੋ ਜਾਂਦਾ ਹੈ ਔਰ ਪੇਸ਼ੈਂਟ ਨੂੰ 101% ਰਿਜ਼ਲਟ। ਇਹ ਜਾਦੂਈ ਤਰੀਕੇ ਲੱਭ ਕੇ ਕਿੱਥੋਂ ਲੈ ਕੇ ਆਉਂਦੇ ਹੋ? ਮੈਮ ਇਹ ਸਾਰਾ ਆਯੁਰਵੇਦ ਦੇ ਵਿੱਚ ਲਿਖਿਆ ਹੋਇਆ ਹੈ, ਜਿਸ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਕੋਈ ਸਾਈਡ ਇਫੈਕਟ ਨਹੀਂ ਹੈ। ਈਵਨ ਜੇ ਤੁਸੀਂ ਦੇਖੋਗੇ ਪ੍ਰੈਗਨੈਂਸੀ ਕਿਸੇ ਲੇਡੀ ਦੇ ਲਈ ਬਹੁਤ ਹੀ ਸੈਂਸਿਟਿਵ ਔਰ ਮੇਜਰ ਇਸ਼ੂ ਹੁੰਦਾ ਹੈ, ਬਹੁਤ ਪ੍ਰੈਗਨੈਂਟ ਲੇਡੀਜ਼ ਨੇ ਜੋ ਸਾਡੇ ਪੇਸ਼ੈਂਟ ਨੇ ਔਰ ਇਹ ਦਵਾਈ ਲੈ ਰਹੇ ਨੇ, ਔਰ 101% ਉਹਨਾਂ ਨੂੰ ਰਿਜ਼ਲਟ ਹੈਗਾ। ਅੱਛਾ, ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਕਿਸੇ ਵੀ ਉਮਰ ਤੱਕ ਇਹ ਦਵਾਈ ਦਾ ਯੂਜ਼ ਕਰ ਸਕਦੇ ਨੇ, ਇਹ ਮਲਟੀਵਿਟਾਮਿਨ ਅਤੇ ਬੂਸਟਰ ਖਾ ਸਕਦੇ ਨੇ? ਹਾਂਜੀ ਹਾਂਜੀ, ਤੁਸੀਂ ਲਗਾ ਲਓ ਇੱਕ 8 ਸਾਲ ਦਾ ਬੱਚਾ ਵੀ ਮੇਰਾ ਪੇਸ਼ੈਂਟ ਹੈ ਅਤੇ 80 ਸਾਲ ਦਾ ਬੰਦਾ ਵੀ ਪੇਸ਼ੈਂਟ ਹੈ। ਤੁਸੀਂ ਠੀਕ ਵੀ ਕਰ ਚੁੱਕੇ ਹੋ? ਉਹ ਬਿਲਕੁਲ ਠੀਕ ਵੀ ਕਰ ਚੁੱਕੇ ਉਹਨਾਂ ਨੂੰ, ਅਤੇ ਚਿੱਟੇ ਮੋਤੀ ਕਾਲੇ ਮੋਤੀ ਦਾ ਇਲਾਜ ਵੀ ਕਰ ਚੁੱਕੇ ਹੋ? ਹਾਂਜੀ ਮੈਮ, ਚਿੱਟੇ ਕਾਲੇ ਮੋਤੀ ਦਾ ਬਿਲਕੁਲ ਇਲਾਜ ਕਰ ਚੁੱਕੇ ਹਾਂ, ਬਹੁਤ ਹੀ ਪੇਸ਼ੈਂਟਸ ਨੇ ਜਿਹੜੇ ਬੜੇ ਰੈਫਰੈਂਸ ਤੋਂ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਬੜੀ ਜਲਦੀ ਆਰਾਮ ਮਿਲਦਾ ਹੈ। ਸਿਰਫ ਇਹਨਾਂ ਨਾਲ ਚੀਜ਼ਾਂ ਜੇ ਅਸੀਂ ਕਹਾਂਗੇ ਨਾ ਕਿ ਸਿਰਫ ਡਰੋਪਸ ਨਾਲ ਜਾਂ ਮਲਟੀਵਿਟਾਮਿਨ ਜਾਂ ਅਸੀਂ ਬੂਸਟਰ ਦੇ ਨਾਲ ਠੀਕ ਹੋ ਜਾਣਾ, ਇਹਨਾਂ ਤੋਂ ਇਲਾਵਾ ਅਸੀਂ ਕੁਝ ਇੱਕ ਐਕਸਰਸਾਈਜ਼ ਦੱਸਦੇ ਹਾਂ ਔਰ ਨਾਲ ਹੀ ਡਾਈਟ ਚਾਰਟ ਸਮਝਾਉਂਦੇ ਹਾਂ ਕਿ ਡਾਈਟ ਚਾਰਟ ਦੇ ਨਾਲ ਹੀ ਉਹਨਾਂ ਨੂੰ ਫਰਕ ਪੈਂਦਾ। ਕੁਝ ਨਹੀਂ ਕਰਨਾ, ਲੱਖਾਂ ਰੁਪਏ ਆਪਦੇ ਬਚਾਉਣੇ ਆ। ਅੱਖਾਂ ਦਾ ਆਪਰੇਸ਼ਨ ਦੱਸ ਦਿੱਤਾ ਡਾਕਟਰ ਨੇ, ਇੱਥੇ ਵੈਦ ਈਸ਼ਾ ਜੀ ਮੇਰੇ ਨਾਲ ਨੇ ਜਿਨ੍ਹਾਂ ਵੱਲੋਂ ਆਖਿਆ ਜਾ ਰਿਹਾ ਕਿ ਲੱਖਾਂ ਹੀ ਪੇਸ਼ੈਂਟ ਠੀਕ ਕਰ ਚੁੱਕੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਵੀ ਇਹਨਾਂ ਦੀ ਦਵਾਈ ਪਹੁੰਚ ਰਹੀ ਹੈ, ਵਿਦੇਸ਼ਾਂ ਦੇ ਵਿੱਚ ਪਹੁੰਚ ਰਹੀ ਹੈ ਕਿਹਾ ਜਾ ਰਿਹਾ। ਚਿੱਟੇ ਮੋਤੀ, ਕਾਲੇ ਮੋਤੀ ਤੋਂ ਇਲਾਵਾ ਜਿਹੜੀ ਕਿ ਬਲਾਈਂਡਨੈਸ ਹੁੰਦੀ ਹੈ, ਰਤੌਂਦੀ, ਹਾਂਜੀ ਰਤੌਂਦੀ, ਜੇਕਰ ਤੁਹਾਨੂੰ ਦਿਨੇ ਦਿਖਦਾ ਹੈ, ਸ਼ਾਮ ਨੂੰ ਦਿਖਣਾ ਬੰਦ ਹੋ ਜਾਂਦਾ ਹੈ, ਘੱਟ ਦਿਖਦਾ, ਉਸਦਾ ਇਲਾਜ ਵੀ ਕਰਨਗੇ। ਛੋਟੇ ਛੋਟੇ ਬੱਚਿਆਂ ਨੂੰ ਮੋਟੇ ਮੋਟੇ ਚਸ਼ਮੇ ਲੱਗ ਚੁੱਕੇ ਨੇ, ਪਰੇਸ਼ਾਨ ਹੋ, ਉਤਾਰੇ ਕਿੱਦਾਂ ਜਾਣ, ਤਾਂ ਵੀ ਇਹਨਾਂ ਵੱਲੋਂ ਇਲਾਜ ਕੀਤਾ ਜਾਏਗਾ। ਇਲਾਜ ਹੋਏਗਾ 5 ਤੋਂ 6 ਮਹੀਨੇ ਦਾ, ਜਿਸ ਦੇ ਵਿੱਚ ਇਹ ਦਵਾਈ ਦੇ ਨਾਲ ਤੁਹਾਨੂੰ ਬੂਸਟਰ ਅਤੇ ਮਲਟੀ ਵਾਈਟਾਮਿਨ ਦਿੱਤੇ ਜਾਣਗੇ, ਜਿਨ੍ਹਾਂ ਦੇ ਇਸਤੇਮਾਲ ਕਰਨ ਦੇ ਨਾਲ ਤੁਸੀਂ ਅੱਖਾਂ ਦੀ ਰੋਸ਼ਨੀ ਨੂੰ ਉਸੇ ਤਰ੍ਹਾਂ ਦਾ ਕਰ ਸਕਦੇ ਹੋ ਜਿਵੇਂ ਉਹ ਤੁਹਾਡੀ ਪਹਿਲਾਂ ਸੀ। ਮੈਮ ਕੀ ਮੈਸੇਜ ਕੀ ਦੇਣਾ ਚਾਹੋਗੇ? ਹਾਂਜੀ ਬਿਲਕੁਲ, ਤੁਸੀਂ ਗੁਰੂ ਜੀ ਕਲੀਨਿਕ ਆਓ, ਹੁਣ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਆਯੁਰਵੈਦ ਦੇ ਵਿੱਚ ਇਲਾਜ ਹੈਗਾ ਕੈਟਰਿਕ ਦਾ ਵੀ, ਗੁਲਕੋਮਾ ਦਾ ਵੀ, ਔਰ ਰਤੌਂਦੀ ਦਾ, ਜੋ ਨਾਈਟ ਬਲਾਈਂਡਨੈਸ। ਅੱਛਾ ਅੱਛਾ, ਇੱਕ ਸਵਾਲ ਜਿਹੜਾ ਤੁਹਾਡੇ, ਮੈਨੂੰ ਪਤਾ ਦਿਮਾਗ ਦੇ ਵਿੱਚ ਆ ਰਿਹਾ, ਮੈਂ ਵੀ ਪੁੱਛਣਾ ਚਾਹੂੰਗੀ ਮੈਮ, 35 ਸਾਲਾਂ ਦਾ ਐਕਸਪੀਰੀਅੰਸ ਹੈ ਨਾ? ਹਾਂਜੀ, 35 ਈਅਰਸ ਦਾ ਐਕਸਪੀਰੀਅੰਸ ਹੈ, ਸਾਡੇ ਵੱਡਿਆਂ ਦਾ ਆਸ਼ੀਰਵਾਦ ਹੈ, ਇਸ ਉਹਨਾਂ ਦੀ ਹੀ ਬਲੈਸਿੰਗਸ ਨੇ ਜਿੰਨਾ ਸਦਕਾ ਸੀ ਸਾਰਾ। ਅੱਜ ਦੇ ਨਹੀਂ ਬੈਠੇ, ਕੱਲ੍ਹ ਦੇ ਨਹੀਂ ਬੈਠੇ, 35 ਸਾਲਾਂ ਦਾ ਐਕਸਪੀਰੀਅੰਸ ਲੈ ਕੇ ਬੈਠੇ ਨੇ, ਔਰ ਕਹਿੰਦੇ ਨੇ ਕਿ ਕਈ ਪੇਸ਼ੈਂਟ ਨੂੰ ਹੁਣ ਤੱਕ ਠੀਕ ਕਰ ਚੁੱਕੇ ਨੇ। ਅੱਖਾਂ ਦੀ ਦਵਾਈ ਇੱਥੇ ਮੁਫਤ ਵੀ ਪਾਈ ਜਾਂਦੀ ਹੈ, ਪਰ ਹਰ ਸੋਮਵਾਰ ਤੁਹਾਨੂੰ ਗੁਰੂ ਜੀ ਕਲੀਨਿਕ ਗੋਪਾਲ ਨਗਰ ਹੈਬੋਆਲ ਵਿਜ਼ਿਟ ਕਰਨਾ ਪਵੇਗਾ। ਆ ਲਓ, ਫੜੋ ਮੈਮ ਆਪਣੀਆਂ ਦਵਾਈਆਂ, ਅਤੇ ਹੁਣ ਤੁਸੀਂ ਉਹਨਾਂ ਲੋਕਾਂ ਦਾ ਇਲਾਜ ਕਰੋ ਜਿਹੜੇ ਅੱਖਾਂ ਤੋਂ ਪਰੇਸ਼ਾਨ ਨੇ। ਅੱਛਾ ਸੱਚ, ਕਿੰਨੇ ਦਿਨਾਂ ਦੇ ਵਿੱਚ ਅਸਰ ਦੇਖਣ ਨੂੰ
ਮਿਲ ਜਾਏਗਾ? ਮੈਮ ਇਹ 10 ਤੋਂ 15 ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਨਜ਼ਰ ਆਉਣ ਲੱਗ ਜਾਂਦਾ ਹੈ। ਮਤਲਬ ਜੇਕਰ ਕੋਈ 10-15 ਦਿਨ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦਾ, ਤੁਹਾਡੇ ਕੋਲ ਪ੍ਰੋਪਰ ਜਾਣਕਾਰੀ ਲੈ ਕੇ ਜਾਂਦਾ, ਡਾਈਟ ਪਲਾਨ ਵੀ ਤੁਹਾਡਾ ਫੋਲੋ ਕਰਦਾ, ਅੱਖਾਂ ਦੀ ਐਕਸਰਸਾਈਜ਼ ਕਰਦਾ, ਤੇ 10-15 ਦਿਨਾਂ ਦੇ ਵਿੱਚ ਉਹਨੂੰ ਅਸਰ ਖੁਦ ਬਖੁਦ ਦਿਖਣਾ ਸ਼ੁਰੂ ਹੋ ਜਾਂਦਾ। ਹਾਂਜੀ ਮੈਮ, ਜਿਹੜਾ ਵੀ ਪੇਸ਼ੈਂਟ ਹੈ ਜਿਹੜੇ ਮੈਡੀਸਨ ਪਾ ਰਿਹਾ ਤੇ ਉਹਨੂੰ 10-15 ਦਿਨਾਂ ਦੇ ਵਿੱਚ ਰਿਜ਼ਲਟ ਪਤਾ ਲੱਗਣ ਲੱਗ ਜਾਂਦਾ। ਇਹਨਾਂ ਨੂੰ ਮੇਰੇ ਕਹੇ ਤੇ ਯਕੀਨ ਨਹੀਂ, ਇੱਕ ਵਾਰੀ ਫਿਰ ਤੋਂ ਤੁਸੀਂ ਦੱਸ ਦਿਓ ਕਿਹੜੀਆਂ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ। ਜਿਸ ਦੀ ਨਿਗਾਹ ਘੱਟ ਹੈ, ਮੋਟੇ ਮੋਟੇ ਚਸ਼ਮੇ ਲੱਗੇ ਹੋਏ ਨੇ ਬੱਚਿਆਂ ਦੇ ਜਾਂ ਵੱਡਿਆਂ ਦੇ, ਚਸ਼ਮੇ ਉਤਰ ਜਾਣਗੇ, ਕੈਟਰਿਕ, ਗਲੂਕੋਮਾ ਔਰ ਰਤੌਂਦੀ ਦਾ ਬਿਲਕੁਲ 101% ਇਲਾਜ ਹੈ। ਔਰ ਜਿਹੜੇ ਸ਼ੂਗਰ ਪੀੜਿਤ ਪੇਸ਼ੈਂਟਸ ਨੇ ਉਹਨਾਂ ਦੇ ਲਈ ਵੀ ਸਾਡੇ ਕੋਲ ਮੈਡੀਸਨ ਹੈ, ਉਹ ਵੀ ਆ ਸਕਦੇ ਨੇ ਤੇ ਉਹਨਾਂ ਸ਼ੂਗਰ ਦਾ ਵੀ ਬਿਲਕੁਲ ਅਸਰਦਾਰ ਇਲਾਜ ਕੀਤਾ ਜਾਂਦਾ। ਲੋ ਜੀ, ਪਰੇਸ਼ਾਨ ਹੁੰਦੇ ਸੀ ਉਹ ਲੋਕ ਜਿਨ੍ਹਾਂ ਨੂੰ ਸ਼ੂਗਰ ਹੈ, ਸਵਾਲ ਆਉਂਦੇ ਸੀ ਕਿ ਸ਼ੂਗਰ ਦੇ ਵਿੱਚ ਅਸੀਂ ਇਹ ਮੈਡੀਸਨ ਦੀ ਵਰਤੋਂ ਕਰ ਸਕਦੇ ਹਾਂ, ਬੂਸਟਰ ਮਲਟੀ ਵਿਟਾਮਿਨ ਖਾ ਸਕਦੇ ਹਾਂ। ਆ ਮੈਮ ਨੇ ਪਾਊਡਰ ਜਿਹਾ ਦਿਖਾਇਆ, ਕਹਿੰਦੇ ਨੇ ਇਹ ਸ਼ੂਗਰ ਦੇ ਪੇਸ਼ੈਂਟ ਦੇ ਲਈ ਬਣਾਇਆ ਗਿਆ ਖਾਸ ਤੌਰ ਤੇ। ਬਿਲਕੁਲ ਮੈਮ, ਕਿਹੜੇ ਵਿੱਚ 14 ਤਰ੍ਹਾਂ ਦੀ ਜੜੀ ਬੂਟੀਆਂ ਪਾਈਆਂ ਗਈਆਂ ਨੇ ਤੇ ਇਹਦੇ ਨਾਲ 101% ਜਿਹੜਾ ਤੁਹਾਡਾ ਸ਼ੂਗਰ ਠੀਕ ਹੋ ਜਾਂਦਾ ਹੈ। ਔਰ ਅਸੀਂ ਬਿਲਕੁਲ ਕਿਸੇ ਨੂੰ ਇੱਕਦਮ ਐਲੋਪੈਥੀ ਮੈਡੀਸਨ ਬੰਦ ਕਰਨ ਲਈ ਨਹੀਂ ਕਹਿੰਦੇ, ਜੇ ਉਹ ਲੈ ਰਿਹਾ ਹੈ ਉਹਦੇ ਨਾਲ ਹੀ ਇਹਨੂੰ ਲੈ ਸਕਦੇ ਹੋ। ਔਰ ਹੌਲੀ ਹੌਲੀ ਕੀ ਹੈ, ਤੁਹਾਡੀ ਐਲੋਪੈਥੀ ਮੈਡੀਸਨ ਤਾਂ ਖਤਮ ਬੰਦ ਹੋ ਹੀ ਜਾਂਦੀ ਹੈ, ਪਰ ਤੁਹਾਡਾ ਸ਼ੂਗਰ ਬਿਲਕੁਲ ਨਾਰਮਲ ਹੋ ਜਾਂਦਾ। ਬੈੱਡ ਦੇ ਸਿਰਾਣੇ ਦੇ ਕੋਲ ਤੁਸੀਂ ਦਵਾਈਆਂ ਰੱਖੀਆਂ ਹੋਈਆਂ ਨੇ, ਵੱਡੇ ਵੱਡੇ ਢੇਰ ਰੱਖੇ ਹੋਏ ਨੇ ਦਵਾਈਆਂ ਦੇ, ਅੱਖਾਂ ਦੀਆਂ ਦਵਾਈਆਂ ਖਾ ਰਹੇ ਹੋ, ਪਰੇਸ਼ਾਨ ਹੋ ਚੁੱਕੇ ਹੋ, ਅੱਖਾਂ ਦੀ ਰੋਸ਼ਨੀ ਵਾਪਸ ਲੈ ਕੇ ਆਉਣਾ ਚਾਹੁੰਦੇ ਹੋ, ਕਹਿੰਦੇ ਹੋ ਕਿ ਮੋਟੇ ਮੋਟੇ ਚਸ਼ਮੇ ਲੱਗੇ ਉੱਤਰ ਜਾਣ, ਉਸ ਤੋਂ ਪਰੇਸ਼ਾਨ ਹੋ, ਹਰ ਮਹੀਨੇ ਨਵਾਂ ਚਸ਼ਮਾ ਬਣਾਉਣਾ ਪੈਂਦਾ, ਚਸ਼ਮਾ ਟੁੱਟ ਜਾਂਦਾ, ਇਹਨਾਂ ਪਰੇਸ਼ਾਨੀਆਂ ਦਾ ਇੱਕੋ ਹੀ ਹੱਲ ਹੈ ਜਿਹੜਾ ਕਿ ਉਹ ਗੁਰੂ ਜੀ ਕਲੀਨਿਕ ਵਾਲੇ ਦੱਸ ਰਹੇ ਨੇ ਕਿ ਇਹਨਾਂ ਕੋਲ ਆਯੁਰਵੈਦਿਕ ਮੈਡੀਸਨ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਲੋਕਾਂ ਦੇ ਮੋਟੇ ਮੋਟੇ ਚਸ਼ਮੇ ਤੋਂ ਇਲਾਵਾ ਮੋਤੀਏ ਦਾ ਇਲਾਜ ਵੀ ਕਰ ਦਿੰਦੇ ਹਾਂ। ਸੋ ਦੱਸ ਦਈਏ ਕਿ ਇਹਨਾਂ ਦੇ ਕੋਲ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ, ਸਕਰੀਨ ਤੇ ਇਹਨਾਂ ਦੇ ਨੰਬਰ ਦਿਖ ਰਹੇ ਨੇ, ਅਪਾਇੰਟਮੈਂਟ ਲੈ ਕੇ ਇਹਨਾਂ ਦੇ ਕੋਲ ਵੀ ਆ ਸਕਦੇ ਹੋ, ਦਵਾਈਆਂ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ। ਛੋਟੀ ਹੈਬੋਵਾਲ ਗੋਪਾਲ ਨਗਰ ਲੁਧਿਆਣਾ ਗੁਰੂ ਜੀ ਕਲੀਨਿਕ ਆਣਾ, ਤੁਸੀਂ ਮੁਫਤ ਦਵਾਈ ਹਰ ਰੋਜ਼ ਪਾਈ ਜਾਂਦੀ ਹੈ, ਮੁਫਤ ਦਵਾਈ ਪਾ ਕੇ ਤੁਸੀਂ ਉਸ ਦਵਾਈ ਦਾ ਅਸਰ ਦੇਖੋ, ਉਸ ਤੋਂ ਬਾਅਦ ਦਵਾਈ ਖਰੀਦ ਵੀ ਸਕਦੇ ਹੋ।